ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਵਿੱਚ ਹੱਥ ਅਤੇ ਮੂੰਹ ਤੇ ਕਾਲੀ ਪੱਟੀ ਬੰਨ੍ਹ ਕੇ ਕੇਂਦਰ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦਾ ਮੁੱਖ ਮਕਸਦ ਅੰਮ੍ਰਿਤਸਰ ਦਿੱਲੀ ਕਟੜਾ ਹਾਈਵੇ ਨੂੰ ਅੰਮ੍ਰਿਤਸਰ ਤੋਂ ਦੂਰ ਕਰਨਾ ਹੈ। ਉੱਥੇ ਹੀ ਪ੍ਰਦਰਸ਼ਨ ਕਰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਨੇ 2 ਘੰਟੇ ਤੱਕ ਮੌਨ ਵਰਤ ਰੱਖ ਕੇ ਇਹ ਪ੍ਰਦਰਸ਼ਨ ਕੀਤਾ। ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦੇ ਨਾਲ ਕਾਫ਼ੀ ਭੇਦਭਾਵ ਹੁੰਦਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਏਮਜ਼ ਵੀ ਆ ਰਿਹਾ ਸੀ, ਪਰ ਉਸਨੂੰ ਵੀ ਰਾਜਨੀਤੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਅਤੇ ਉਸਨੂੰ ਸ਼ਿਫਟ ਕਰਨਾ ਪਿਆ। ਉਹਨਾਂ ਕਿਹਾ ਕਿ ਜੇਕਰ ਬਾਰ ਬਾਰ ਅੰਮ੍ਰਿਤਸਰ ਦੇ ਲਈ ਅਜਿਹੇ ਕਦਮ ਚੁੱਕੇ ਜਾਣਗੇ ਤਾਂ ਉਹ ਚੁੱਪ ਨਹੀਂ ਬੈਠਣਗੇ। ਅੱਜ ਜਿਹੜਾ ਮੌਨ ਧਾਰਨ ਕੀਤਾ ਗਿਆ ਜਲ੍ਹਿਆਂਵਾਲੇ ਬਾਗ ਵਿਖੇ 2 ਘੰਟੇ ਦਾ ਮੌਨ ਰੱਖਿਆ, ਸਿੰਬੋਲਿਕ ਤੌਰ 'ਤੇ ਅਸੀਂ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿਹੜਾ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਹੈ ਜਿਹੜਾ ਅੰਮ੍ਰਿਤਸਰ ਤੋਂ ਖੋਲ੍ਹਿਆ ਗਿਆ ਆ, ਜਿਹਦੀ ਅਲਾਈਨਮੈਂਟ ਚੇਂਜ ਕਰ ਦਿੱਤੀ ਗਈ, ਉਹਦੇ ਵਾਸਤੇ ਸਾਨੂੰ ਸਭਨਾਂ ਨੂੰ ਇਕੱਤਰ ਹੋ ਕੇ ਸੰਘਰਸ਼ ਕਰਨਾ ਪਏਗਾ। ਔਰ ਲੋਕਡਾਊਨ ਹੋਣ ਕਰਕੇ, ਕਾਨੂੰਨ ਦਾ ਵਿਵਸਥਾ ਹੋਣ ਕਰਕੇ 144 ਲਾਗੂ ਹੋਈ ਆ, ਅਸੀਂ 4 ਬੰਦੇ ਹੀ ਇਕੱਠੇ ਹੋ ਸਕਦੇ। ਸੋ ਇੱਕ ਹੋਟਲ ਇੰਡਸਟਰੀ ਤੋਂ ਨੇ, ਇੱਕ ਥ੍ਰੀ ਵੀਲਰ ਐਸੋਸੀਏਸ਼ਨ ਤੋਂ ਨੇ, ਇੱਕ ਉੱਗੇ ਕਿਸਾਨ ਨੇ, ਇਹ ਉਹ ਲੋਕ ਨੇ ਜਿਹਨਾਂ ਨੂੰ ਬਹੁਤ ਵੱਡੀ ਮਾਰ ਪੈਣੀ ਹੈ। ਬਲਕਿ NGOs ਹੋਰ ਵੀ ਇੰਡਸਟਰੀ ਦੇ ਲੋਕ ਇੱਥੇ ਨਾਲ ਸ਼ਾਮਿਲ ਹੋਣਾ ਚਾਹੁੰਦੇ ਸੀ, ਸਟੂਡੈਂਟ ਯੂਨੀਅਨ ਸ਼ਾਮਿਲ ਹੋਣਾ ਚਾਹੁੰਦੀਆਂ ਸੀ, ਪਰ ਅਸੀਂ ਉਹਨਾਂ ਨੂੰ ਲੋਕਡਾਊਨ ਹੋਣ ਕਰਕੇ ਕੋਈ ਵੀ ਇਹ ਚੀਜ਼ਾਂ ਇਸ ਵੇਲੇ ਨਹੀਂ ਕਰ ਸਕਦੇ। ਸੋ ਇਸ ਸਿੰਬੋਲਿਕ ਤੌਰ ਤੇ ਅਸੀਂ ਲੋਕਾਂ ਨੂੰ ਇੱਕ ਮੈਸੇਜ ਦਿੱਤਾ ਹੈ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।